ਕਿਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਹਿਲੇ ਕਾਂਡ ਦਾ ਪੰਜਵਾਂ ਭਾਗ ਜਗਤ ਰਚਨਾ ਇੱਕ ਖੇਡ ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਵਿੱਚ ਏਡੇ ਵਿਸ਼ਾਲ ਸਮੁੰਦਰ ਦਰਿਆ ਪਹਾੜ ਬੜੇ ਵਿਖੜੇ ਮਾਰੂਥਲ ਜੰਗਲ ਅਤੇ ਬੇਅੰਤ ਕਿਸਮਾਂ ਦੇ ਜੀਵ ਜੰਤ ਅਸੀਂ ਵੇਖਦੇ ਹਾਂ। ਕਿੱਡਾ ਸੁਹਾਵਣਾ ਬਾਗ ਖਿੜਿਆ ਨਜ਼ਰ ਆ ਰਿਹਾ ਹੈ। ਇਸ ਮਨਮੋਹਣੇ ਜਹਾਨ ਨੂੰ ਛੱਡਣ ਲਈ ਜੀਵ ਦਾ ਕਦੇ ਦਿਲ ਨਹੀਂ ਕਰਦਾ। ਸਦਾ ਜਿਉਂਦੇ ਰਹਿਣ ਲਈ ਮਨੁੱਖ ਸਦਾ ਤੋਂ ਯਤਨ ਕਰਦਾ ਆ ਰਿਹਾ ਹੈ। ਪਰ ਗੁਰਬਾਣੀ ਵਿੱਚ ਅਸੀਂ ਵੇਖਾਂਗੇ ਕਿ ਸਤਿਗੁਰਾਂ ਨੇ ਅਜਿਹੇ ਅਦਭੁਤ ਅਤੇ ਸੁਹਾਵਣੇ ਸੰਸਾਰ ਪਸਾਰੇ ਨੂੰ ਇੱਕ ਅਜਿਹਾ ਖੇਲ ਤਮਾਸ਼ਾ ਬਾਜ਼ੀ ਅਥਵਾ ਅਖਾੜਾ ਫੁਰਮਾਨ ਕੀਤਾ ਹੈ ਜੋ ਸਾਡੇ ਵੇਖਦਿਆਂ ਹੀ ਝੱਟ ਉੱਜੜ ਜਾਇਆ ਕਰਦਾ ਹੈ। ਸੰਸਾਰ ਰਚਨਾ ਦੀ ਗੱਲ ਸਮਝਾਉਣ ਲਈ ਅਜਿਹੇ ਉਪਦੇਸ਼ ਦੀ ਲੋੜ ਦਾ ਹੀ ਕਾਰਨ ਹੈ। ਅਸਾਂ ਸਤਿਗੁਰਾਂ ਦੇ ਉਪਦੇਸ਼ ਤੋਂ ਇਸ ਭੇਦ ਨੂੰ ਸਮਝਣਾ ਹੈ। ਅਕਾਲ ਪੁਰਖ ਜੀ ਸਾਡੇ 'ਤੇ ਮਿਹਰ ਕਰਨ ਜੋ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਸਮਝ ਕੇ ਆਪਣਾ ਜੀਵਨ ਗੁਰੂ ਸਿੱਖਿਆ ਅਨੁਸਾਰ ਢਾਲ ਸਕੀਏ। ਆਓ ਪੂਰੀ ਇਕਾਗਰਤਾ ਨਾਲ ਸਤਿਗੁਰਾਂ ਦੇ ਅਨਮੋਲ ਬਚਨਾਂ ਦੀ ਵਿਚਾਰ ਕਰੀਏ। ਤੁਧਿਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਈ ਜੀਓ। ਪੰਨਾ 73 ਅਰਥ ਹੇ ਪ੍ਰਭੂ ਤੂੰ ਆਪਣੇ ਆਪ ਨੂੰ ਜਗਤ ਰੂਪ ਵਿੱਚ ਆਪ ਹੀ ਪ੍ਰਗਟ ਕੀਤਾ ਹੈ। ਇਹ ਤੈਥੋਂ ਵੱਖਰਾ ਦਿਸਦਾ ਜਗਤ ਖੇਲ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ। ਅਰਥਾਂ ਸੱਚ ਹੀ ਸੱਚ ਪਰਮਾਤਮਾ ਹੀ ਪਰਮਾਤਮਾ ਹੈ। ਪਰ ਇਸ ਭੇਦ ਦੀ ਸਮਝ ਉਸੇ ਨੂੰ ਆਉਂਦੀ ਹੈ ਜਿਸ 'ਤੇ ਮਿਹਰ ਕਰਕੇ ਤੂੰ ਆਪ ਸਮਝਾ ਦਿੰਦਾ ਹੈ। ਉਹ ਓਅੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸੱਚਾ ਆਪੇ ਭੰਨ ਕਢਾਏਂਦਾ ਬਾਜ਼ੀਗਰ ਇੱਕ ਬਾਜ਼ੀ ਪਾਈ ਪੂਰੇ ਗੁਰ 'ਤੇ ਨਦਰੀ ਆਈ ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਉਂ ਚਿੱਤ ਲਾਏਂਦਾ। ਪੰਨਾ 1061 ਅਰਥ ਪਰਮਾਤਮਾ ਉਹ ਓਅੰਕਾਰ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਇਹ ਸਾਰਾ ਪ੍ਰਭੂ ਦਾ ਖੇਲ ਤਮਾਸ਼ਾ ਤੇਰੀ ਹੀ ਵਡਿਆਈ ਹੈ। ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵੱਖ ਵੱਖ ਕਿਸਮ ਦੇ ਬਣਾਉਂਦਾ ਹੈ। ਆਪ ਹੀ ਨਾਸ਼ ਕਰਕੇ ਆਪ ਹੀ ਪੈਦਾ ਕਰਦਾ ਹੈ। ਪ੍ਰਭੂ ਬਾਜ਼ੀਗਰ ਨੇ ਇਹ ਜਗਤ ਇੱਕ ਤਮਾਸ਼ਾ ਰਚਾਇਆ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਕੋਲੋਂ ਇਹ ਸਮਝ ਆ ਗਈ ਉਹ ਗੁਰੂ ਦੇ ਸ਼ਬਦ ਗਿਆਨ ਅਨੁਸਾਰ ਜੀਵਨ ਬਣਾ ਕੇ ਇਸ ਜਗਤ ਤਮਾਸ਼ੇ ਵਿੱਚ ਨਿਰਲੇਪ ਰਹਿੰਦਾ ਹੈ ਅਤੇ ਆਪਣਾ ਮਨ ਸਦਾ ਪਰਮਾਤਮਾ ਨਾਲ ਜੋੜੀ ਰੱਖਦਾ ਹੈ। ਭਾਵ ਇਸ ਭਰਮ ਵਿੱਚ ਨਾ ਪੈ ਜਾਣਾ ਕਿ ਇਸ ਜਗਤ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਬ੍ਰਹਮਾ ਹੈ, ਪਾਲਣ ਵਾਲਾ ਕੋਈ ਦੂਜਾ ਵਿਸ਼ਨੂੰ ਹੈ ਅਤੇ ਮੌਤ ਕਰਨ ਵਾਲਾ ਕੋਈ ਹੋਰ ਮਹੇਸ਼ ਹੈ। ਹਰ ਥਾਂ ਉਹ ਆਪ ਹੀ ਵਿਆਪਕ ਹੈ। ਉਤਪਤੀ ਅਤੇ ਪਰਲੋ ਉਹ ਆਪ ਹੀ ਕਰਦਾ ਹੈ। ਉਪਤ ਪਰਲੋ ਪ੍ਰਭ 'ਤੇ ਹੋਵੇ ਇਹ ਵਿਚਾਰੀ ਹਰ ਜਾਨੀ। ਪੰਨਾ 1186 ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਇੱਕ ਓਂਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੇ ਗਇਓ ਉਹ ਕਤ 'ਤੇ ਆਇਓ ਰਹਾਓ। ਜਲ 'ਤੇ ਉਠੇ ਅੰਤ ਤਰੰਗਾ ਕਣਕ ਭੂਖਨ ਕੀਨੇ ਬਹੁਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ 'ਤੇ ਏਕੰਕਾਰਾ
ਸਹਿਜ ਘਟਾ ਮੈਂ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ਼। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕੰਕਾਰ। ਉਹ ਅਵਿਨਾਸੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਗੁਰ ਪੂਰੇ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਪੰਨਾ 736। ਅਰਥ, ਹੇ ਭਾਈ, ਪਰਮਾਤਮਾ ਦੇ ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। ਕੋਈ ਦੱਸ ਨਹੀਂ ਸਕਦਾ ਕਿ ਜੀਵ ਕਿੱਥੋਂ ਆਇਆ ਸੀ ਅਤੇ ਕਿੱਥੇ ਚਲਾ ਜਾਂਦਾ ਹੈ। ਜਿਵੇਂ ਕਿਸੇ ਬਾਜ਼ੀਗਰ ਨੇ ਕਦੇ ਬਾਜ਼ੀ ਪਾ ਵਿਖਾਈ ਹੋਵੇ, ਉਹ ਕਈ ਕਿਸਮ ਦੇ ਰੂਪ ਅਤੇ ਭੇਖ ਵਿਖਾਉਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ ਤਮਾਸ਼ਾ ਰਚਿਆ ਹੈ। ਇਸ ਵਿੱਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ। ਜਦੋਂ ਪ੍ਰਭੂ ਆਪਣੀ ਇਹ ਜਗਤ ਰੂਪ ਨਕਲੀ ਸ਼ਕਲ ਸਾਂਗ ਲਾ ਕੇ ਖੇਡ ਦਾ ਖਿਲਾਰਾ ਰੋਕ ਦਿੰਦਾ ਹੈ, ਤਦੋਂ ਇੱਕ ਆਪ ਹੀ ਰਹਿ ਜਾਂਦਾ ਹੈ। ਪਾਣੀ ਤੋਂ ਅਨੇਕਾਂ ਲਹਿਰਾਂ ਉੱਠਦੀਆਂ ਹਨ ਅਤੇ ਮੁੜ ਪਾਣੀ ਵਿੱਚ ਰਲ ਜਾਂਦੀਆਂ ਹਨ। ਸੋਨੇ ਤੋਂ ਕਈ ਕਿਸਮ ਦੇ ਗਹਿਣੇ ਘੜੇ ਜਾਂਦੇ ਹਨ, ਉਹ ਅਸਲ ਵਿੱਚ ਸੋਨਾ ਹੀ ਹੁੰਦਾ ਹੈ। ਕਿਸੇ ਰੁੱਖ ਦਾ ਬੀਜ ਬੀਜ ਕੇ ਸ਼ਾਖਾਂ ਪੱਤੇ ਆਦਿਕ ਉਸ ਦਾ ਕਈ ਕਿਸਮ ਦਾ ਰੂਪ ਵੇਖਣ ਵਿੱਚ ਆ ਜਾਂਦਾ ਹੈ। ਰੁੱਖ ਦੇ ਫਲ ਪੱਕਣ 'ਤੇ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ। ਤੇਵੇਂ ਹੀ ਇਹ ਬਹੁਰੰਗੀ ਸੰਸਾਰ ਦਾ ਅਸਲਾ ਇੱਕ ਪਰਮਾਤਮਾ ਹੀ ਹੈ। ਇੱਕੋ ਆਕਾਸ਼ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ ਵਿੱਚ ਵੱਖ ਵੱਖ ਦਿਸਦਾ ਹੈ। ਜਦੋਂ ਘੜੇ ਟੁੱਟ ਜਾਂਦੇ ਹਨ ਤਾਂ ਉਹ ਆਕਾਸ਼ ਹੀ ਦਿਸਦਾ ਰਹਿ ਜਾਂਦਾ ਹੈ। ਮਾਇਆ ਦੇ ਭਰਮ ਦੇ ਕਾਰਨ ਪਰਮਾਤਮਾ ਦੀ ਅੰਸ਼ ਜੀਵਾਤਮਾ ਵਿੱਚ ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ। ਭਰਮ ਮਿਟ ਜਾਣ ਨਾਲ ਇੱਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਉਹ ਪ੍ਰਭੂ ਕਦੇ ਨਾਸ਼ ਨਹੀਂ ਹੁੰਦਾ। ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਵੀ ਨਾ ਕੋਈ ਆਤਮਾ ਜੰਮਦਾ ਹੈ ਨਾ ਮਰਦਾ ਹੈ। ਗੁਰਦੇਵ ਜੀ ਦਾ ਫੁਰਮਾਨ, ਪੂਰੇ ਗੁਰੂ ਨੇ ਮੇਰੇ ਅੰਦਰੋਂ ਹਉਮੈ ਦੀ ਮੈਲ ਧੋ ਦਿੱਤੀ, ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਅਤੇ ਮੈਨੂੰ ਇਸ ਜਗਤ ਵਿੱਚ ਪਰਮਾਤਮਾ ਦਾ ਆਪਣਾ ਹੀ ਰੂਪ ਦਿਸ ਰਿਹਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋਤ ਸੁਭਾਵੈ ਨਾਨਕਾ, ਸਾਈ ਗੱਲ ਚੰਗੀ। ਪੰਨਾ 726। ਹਰਖ ਸੋਕ ਬੈਰਾਗ, ਆਨੰਦੀ ਖੇਲ ਰੀ ਦਿਖਾਇਓ ਰਹਾਓ। ਖਿਨਹੂੰ ਭੈ ਨਿਰਭੈ, ਖਿਨਹੂੰ ਖਿਨਹੂੰ ਉਠਤਾਇਓ, ਖਿਨਹੂੰ ਰਸ ਭੋਗਨ ਖਿਨਹੂੰ ਤਜ ਜਾਇਓ, ਖਿਨਹੂੰ ਜੋਗ ਤਾਪ ਬਹੁ ਪੂਜਾ, ਖਿਨਹੂੰ ਭਰਮਾਇਓ, ਖਿਨਹੂੰ ਕਿਰਪਾ ਸਾਧੂ ਸੰਗ ਨਾਨਕ, ਹਰ ਰੰਗ ਲਾਇਓ। ਪੰਨਾ 409। ਅਰਥ, ਹੇ ਸਹੇਲੀ, ਹੇ ਸਤਸੰਗੀ, ਆਨੰਦ ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ ਤਮਾਸ਼ਾ ਵਿਖਾ ਦਿੱਤਾ ਹੈ। ਇਸ ਜਗਤ ਤਮਾਸ਼ੇ ਦੀ ਅਸਲੀਅਤ ਵਿਖਾ ਦਿੱਤੀ ਹੈ। ਇਸ ਵਿੱਚ ਕਿਤੇ ਖੁਸ਼ੀ ਹੈ, ਕਿਤੇ ਗਮੀ ਹੈ, ਕਿਤੇ ਵੈਰਾਗ ਹੈ। ਰਹਾਉ, ਹੇ ਸਤਸੰਗੀ, ਇਸ ਜਗਤ ਤਮਾਸ਼ੇ ਵਿੱਚ ਕਿਤੇ ਇੱਕ ਪਲ ਵਿੱਚ ਅਨੇਕਾਂ ਡਰ ਆ ਘੇਰਦੇ ਹਨ, ਕਿਤੇ ਨਿਡਰਤਾ ਹੈ, ਕਿਤੇ ਕੋਈ ਦੁਨੀਆਂ ਦੇ ਪਦਾਰਥਾਂ ਵੱਲ ਉੱਠ ਭੱਜਦਾ ਹੈ, ਕਿਤੇ ਇੱਕ ਪਲ ਵਿੱਚ ਸਵਾਦਲੇ ਪਦਾਰਥ ਭੋਗੇ ਜਾ ਰਹੇ ਹਨ, ਕਿਤੇ ਕੋਈ ਇੱਕ ਪਲ ਵਿੱਚ ਭੋਗਾਂ ਨੂੰ ਤਿਆਗ ਜਾਂਦਾ ਹੈ। ਇਹ ਸਗੀ, ਇਸ ਜਗਤ ਤਮਾਸ਼ੇ ਵਿੱਚ ਕਿਤੇ ਯੋਗ ਸਾਧਨ ਕੀਤੇ ਜਾ ਰਹੇ ਹਨ, ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ, ਕਿਤੇ ਅਨੇਕਾਂ ਦੇਵ ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ। ਗੁਰਦੇਵ ਜੀ ਦਾ ਫੁਰਮਾਨ, ਕਿਤੇ ਸਾਧ ਸੰਗਤ ਵਿੱਚ ਰੱਖ ਕੇ ਇੱਕ ਪਲ ਵਿੱਚ ਪਰਮਾਤਮਾ ਦੀ ਮਿਹਰ ਹੋ ਰਹੀ ਹੈ ਅਤੇ ਪਰਮਾਤਮਾ ਦਾ ਪ੍ਰੇਮ ਰੰਗ ਬਖਸ਼ਿਆ ਜਾ ਰਿਹਾ ਹੈ। ਆਖਰ ਇਸ ਸਾਰੇ ਸੰਸਾਰ ਪਸਾਰੇ ਦਾ ਖੇਲ ਪ੍ਰਭੂ ਦੇ ਆਪਣੇ ਵਿੱਚ ਹੀ ਸਮਾ ਜਾਂਦਾ ਹੈ। ਤੁਝ ਬਿਨ ਦੂਜਾ
ਕੋਇ ਨਾਹੀਂ, ਸਭ ਤੇਰੋ ਖੇਲ ਤੁਝ ਮਾਹੇ ਸਮਾਹੇ, ਜਿਉਂ ਭਾਵੈ ਤਿਉਂ ਰਾਖ ਲੇ, ਸੁਖ ਨਾਨਕ ਪੂਰਾ ਗੁਰ ਮਿਲੇ। ਪੰਨਾ 1181। ਅਰਥ, ਹੇ ਪ੍ਰਭੂ, ਤੇਥੋਂ ਬਿਨਾਂ ਮੈਨੂੰ ਹੋਰ ਆਸਰਾ ਨਹੀਂ। ਇਹ ਸਾਰਾ ਜਗਤ ਤਮਾਸ਼ਾ ਤੇਰਾ ਹੀ ਬਣਾਇਆ ਹੈ, ਸਾਰਾ ਖੇਲ ਪਸਾਰਾ ਤੇਰੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਹੇ ਨਾਨਕ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੇ ਕਹੇ ਅਨੁਸਾਰ ਜੀਵਨ ਬਣਾਇਆ, ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਹਰ ਸਰ ਸਾਗਰ ਹਰ ਹੈ ਆਪੇ, ਇਹ ਜੱਗ ਹੈ ਸਭ ਖੇਲ ਖੇਲਿਆ, ਜਿਉਂ ਜਲ ਤਰੰਗ ਜਲ ਜਲੇ ਸਮਾਵੇਂ, ਨਾਨਕ ਆਪੇ ਆਪ ਰਮਈਆ। ਪੰਨਾ 834। ਅਰਥ, ਸਾਰਾ ਜਗਤ ਪਰਮਾਤਮਾ ਨੇ ਇਹ ਤਮਾਸ਼ਾ ਰਚਿਆ ਹੈ, ਉਹ ਆਪ ਹੀ ਜੀਵਨ ਦਾ ਸਰੋਵਰ ਹੈ, ਸਾਰੇ ਜੀਵ ਉਹ ਸਮੁੰਦਰ ਦੀਆਂ ਲਹਿਰਾਂ ਹਨ। ਇਹ ਨਾਨਕ, ਜਿਵੇਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਸਮੁੰਦਰ ਦਾ ਪਾਣੀ ਹੀ ਹਨ, ਪਾਣੀ ਵਿੱਚ ਹੀ ਮਿਲ ਜਾਂਦੀਆਂ ਹਨ, ਇਸੇ ਤਰ੍ਹਾਂ ਉਹ ਸੋਹਣਾ ਰਾਮ ਹਰ ਥਾਂ ਆਪ ਹੀ ਹੈ, ਹਰ ਪਾਸੇ ਹਰ ਰੂਪ ਨਜ਼ਰੀ ਆਇਆ। ਪਰਮਾਤਮਾ ਦੀ ਇਸ ਚੌਪੜ ਦੀ ਖੇਡ ਵਿੱਚ ਸਾਡਾ ਥਾਂ ਕੀ ਹੈ? ਬੱਬੇ ਬਾਜੀ ਖੇਲਣ ਲਾਗਾ, ਚੌਪੜ ਕੀਤੇ ਚਾਰ ਜੁਗਾ, ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਪੰਨਾ 434। ਅਰਥ, ਪਰਮਾਤਮਾ ਚੌਪੜ ਦੀ ਖੇਡ ਖੇਡ ਰਿਹਾ ਹੈ, ਖਾਨੇ ਅਥਵਾ ਪਿੜੀਆਂ ਵਾਲੇ ਕੱਪੜਿਆਂ ਦੇ ਚਾਰ ਪੱਲਿਆਂ ਦੇ ਥਾਂ ਪ੍ਰਭੂ ਨੇ ਇਹ ਸੰਸਾਰ ਚੌਪੜ ਖੇਡ ਵਿੱਚ ਕਥਿਤ ਚਾਰ ਯੁੱਗਾਂ ਨੂੰ ਚੌਪੜ ਦੇ ਚਾਰ ਪੱਲੇ ਬਣਾਇਆ ਹੈ। ਸਾਰੇ ਜੀਵ ਜੰਤਾ ਨਰਦਾਂ ਗੋਟੀਆਂ ਹਨ, ਪ੍ਰਭੂ ਆਪ ਪਾਸੇ ਸੁੱਟਦਾ ਕਈ ਨਰਦਾਂ ਭੁੱਗ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖਾਨਿਆਂ ਦੇ ਵਿੱਚ ਹੀ ਪਈਆਂ ਭਟਕਦੀਆਂ ਰਹਿੰਦੀਆਂ ਹਨ, ਭਾਵ ਕਈ ਭਾਗਾਂ ਵਾਲੇ ਮਨੁੱਖ ਪ੍ਰਭੂ ਦੀ ਜੋਤ ਨਾਲ ਇੱਕਮਿੱਕ ਹੋ ਜਾਂਦੇ ਹਨ ਅਤੇ ਕਈ ਜੀਵ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਆਤਮ ਰਾਮ ਸੰਸਾਰਾ, ਸਾਰਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ, ਅਗਮ ਅਪਾਰਾ, ਤਦ ਬਿਨ ਕੌਣ ਬੁਝਾਏ, ਸਿੱਧ ਸਾਧਕ ਸਿਆਣੇ ਕੇਤੇ, ਤੁਝ ਬਿਨ ਕਵਣ ਕਹਾਏ, ਕਾਲ ਬਿਕਾਲ ਭਏ ਦੇਵਾਨੇ, ਮਨ ਰੱਖਿਆ ਗੁਰਠਾਏ, ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ। ਪੰਨਾ 764। ਹੇ ਪ੍ਰਭੂ, ਤੂੰ ਸੰਸਾਰ ਦੀ ਜਿੰਦ ਜਾਨ ਹੈ, ਇਹ ਸੰਸਾਰ ਤੇਰੀ ਸੱਚਮੁੱਚ ਦੀ ਰਚੀ ਹੋਈ ਇੱਕ ਖੇਡ ਹੈ, ਭਾਵ ਹੈ ਤਾਂ ਇਹ ਸੰਸਾਰਿਕ ਖੇਡ ਹੀ, ਇਹ ਸੰਸਾਰ ਖੇਡ ਨਾਸ਼ਵੰਤ ਪਰ ਮਨ ਦਾ ਭਰਮ ਨਹੀਂ ਹੈ, ਇਹ ਸੱਚਮੁੱਚ ਮੌਜੂਦ ਹੈ, ਇਹ ਅਪਹੁੰਚ ਅਤੇ ਬੇਅੰਤ। ਪ੍ਰਭੂ, ਇਹ ਸੰਸਾਰ ਤੇਰੀ ਸੱਚਮੁੱਚ ਦੀ ਰਚੀ ਹੋਈ ਇੱਕ ਖੇਡ ਹੈ, ਇਹ ਅਸਲੀਤ ਤੇਥੋਂ ਬਿਨਾਂ ਕੋਈ ਹੋਰ ਸਮਝ ਨਹੀਂ ਸਕਦਾ। ਇਹ ਸੰਸਾਰ ਵਿੱਚ ਅਨੇਕਾਂ ਹੀ ਉੱਗੇ ਹੋਏ ਜੋਗੀ, ਅਨੇਕਾਂ ਹੀ ਸਾਧਨਾ ਕਰਨ ਵਾਲੇ ਅਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ, ਤੇਰੀ ਹੀ ਮਿਹਰ ਨਾਲ ਇਸ ਮਰਾਤਬੇ 'ਤੇ ਪਹੁੰਚਦੇ ਹਾਂ, ਤੇਥੋਂ ਬਿਨਾਂ ਹੋਰ ਕੋਈ ਤੇਰਾ ਸਿਮਰਨ ਨਹੀਂ ਕਰ ਸਕਦਾ। ਤੇਰੀ ਹੀ ਮਿਹਰ ਨਾਲ ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿੱਚ ਜੋੜਿਆ, ਉਸਦਾ ਕਾਲ ਮੌਤ ਬਿਕਾਲ ਜਨਮ ਭਏ ਦੀਵਾਨੇ ਕਮਲੇ ਹੋ ਗਏ, ਜਨਮ ਮਰਨ ਕਮਲਾ ਹੋ ਗਿਆ, ਭਾਵ ਜਨਮ ਮਰਨ ਦਾ ਗੇੜ ਮੁੱਕ ਗਿਆ। ਹੇ ਨਾਨਕ, ਪ੍ਰਭੂ ਦੀ ਮਿਹਰ ਸਦਕਾ ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਗਿਆਨ ਵਿੱਚ ਜੁੜ ਕੇ ਆਪਣੇ ਅੰਦਰੋਂ ਔਗਣ ਸਾੜ ਲਏ, ਉਸ ਨੇ ਗੁਣ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ। ਖੇਡ ਵੇਖਣ ਵਾਲੇ ਦਰਸ਼ਕ, ਕਈ ਵਾਰੀ ਕੋਈ ਖੇਡ ਜਾਂ ਕੋਈ ਤਮਾਸ਼ਾ ਵੇਖਣ ਜਾਣ ਲਈ ਟਿਕਟ ਵੀ ਭਰਨੀ ਪੈਂਦੀ ਹੈ। 2-2.5 ਘੰਟੇ ਖੇਡ ਦਾ ਪੂਰਾ ਆਨੰਦ ਮਾਣੀਦਾ ਹੈ, ਖੇਡ ਦੇ ਪਾਤਰਾਂ ਨਾਲ ਬੜਾ ਪਿਆਰ ਵੀ ਪਾ ਬੈਠੀਦਾ ਹੈ, ਪਰ ਜਦੋਂ ਹੀ ਖੇਡ ਸਮਾਪਤ ਹੁੰਦਾ ਹੈ ਤਾਂ ਬਹੁਤਾ ਕਰਕੇ ਸਾਰਿਆਂ ਨੂੰ
ਘਰ ਪਰਤਣ ਦੀ ਕਾਹਲ ਹੁੰਦੀ ਹੈ। ਤਮਾਸ਼ੇ ਵਾਲਿਆਂ ਦੇ ਕੋਲ ਸਦਾ ਟਿਕੇ ਰਹਿਣ ਦੀ ਲਾਲਸਾ ਕਿਸੇ ਮੂਰਖ ਜਾਂ ਅਣਜਾਣੇ ਨੂੰ ਤਾਂ ਭਾਵੇਂ ਹੋਵੇ, ਸਿਆਣੇ ਪੁਰਸ਼ ਆਪਣੇ ਨਿੱਜ ਵਿਹਾਰ ਪਰਿਵਾਰ ਵਿੱਚ ਜਾ ਰੁੱਝਦੇ ਹਨ। ਸਤਿਗੁਰਾਂ ਨੇ ਸਮਝਾਇਆ ਹੈ ਕਿ ਖੇਡ ਵਾਂਗ ਹੀ ਇਹ ਜਗਤ ਤਮਾਸ਼ਾ ਸਦਾ ਲਈ ਵੇਖਣ ਹੰਢਾਉਣ ਨੂੰ ਨਹੀਂ ਮਿਲਦਾ। ਜਿਹੜੇ ਗੁਰਮੁਖ ਸੰਸਾਰ ਨੂੰ ਰੌਣਕਾਂ ਦਾ ਭਰਿਆ ਖੇਲ ਸਮਝਦੇ ਹਨ, ਉਹ ਆਖਰੀ ਸਮਾਂ ਆਉਣ 'ਤੇ ਸਾਰੇ ਸੰਬੰਧੀਆਂ ਨੂੰ ਸਹਿਯੋਗਾਂ ਨਾਲ ਆ ਜੁੜੇ ਇਸ ਖੇਡ ਸੰਸਾਰ ਦੇ ਪਾਤਰ ਮੰਨਦਾ ਅਤੇ ਤਮਾਸ਼ਾ ਵੇਖਣ ਦਾ ਸਮਾਂ ਸਮਾਪਤ ਹੋਇਆ ਜਾਣ ਕੇ ਆਪਣੇ ਨਿੱਜ ਘਰ ਪ੍ਰਭੂ ਦੇ ਦੇਸ਼ ਨੂੰ ਮੁੜਨ ਲਈ ਖੁਸ਼ੀ ਮਾਣ ਰਹੇ ਹੁੰਦੇ ਹਨ। ਨਟਕੂਆ ਸਾਂਗ ਬਣਾਇਆ, ਬਾਜੀ ਸੰਸਾਰਾ ਖਿੰਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਰਾ, ਪੰਨਾ 482। ਅਰਥ, ਜਿਵੇਂ ਮਦਾਰੀ ਨੇ ਕੋਈ ਤਮਾਸ਼ਾ ਰਚਿਆ ਹੁੰਦਾ ਹੈ ਅਤੇ ਲੋਕ ਉਸ ਤਮਾਸ਼ੇ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਹਨ, ਘੜੀਆਂ ਪਲਾਂ ਪਿੱਛੋਂ ਉਹ ਤਮਾਸ਼ਾ ਖਤਮ ਹੋ ਜਾਂਦਾ ਹੈ ਅਤੇ ਲੋਕ ਚੁੱਪ ਕਰਕੇ ਘਰਾਂ ਨੂੰ ਤੁਰ ਜਾਂਦੇ ਹਨ। ਇਸੇ ਤਰ੍ਹਾਂ ਇਹ ਸੰਸਾਰ ਇੱਕ ਖੇਡ ਹੀ ਹੈ, ਘੜੀ ਪਲ ਇਹ ਖੇਡ ਖੇਡੀ ਦਾ ਹੀ ਹੈ। ਇਸ ਦੇ ਉੱਜੜਦਿਆਂ ਚਿਰ ਨਹੀਂ ਲੱਗਦਾ, ਪਤਾ ਨਹੀਂ ਕਦੋਂ ਮੌਤ ਨੇ ਆ ਘੇਰਨਾ ਹੈ। ਤਮਾਸ਼ਾ ਖਤਮ ਹੋ ਜਾਣ 'ਤੇ ਖੁਸ਼ੀ ਨਾਲ ਆਪਣੇ ਅਸਲ ਧਾਮ ਵੱਲ ਨੂੰ ਪਰਤਣਾ ਚਾਹੀਦਾ ਹੈ। ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਜਿਉਣਾ ਸਿੱਖ ਲਈਏ ਤਾਂ ਫਿਰ ਮੌਤ ਹੋਣ 'ਤੇ ਰੋਣੇ ਪਿੱਟਣੇ ਨਾ ਰਹਿਣ। ਉਸ ਸਮੇਂ ਲਈ ਸੱਚੇ ਗੁਰਮੁਖ ਦਾ ਉਪਦੇਸ਼ ਇਸ ਪ੍ਰਕਾਰ ਹੁੰਦਾ ਹੈ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ਼ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀਂ ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈ ਜੇ ਮਿਤ ਬਿਗਸੈ ਜਿਸ ਮਿਤ ਕੀ ਪੈਜ ਪਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ, ਪੰਨਾ 900। ਖੇਡ ਵਿਚਲੇ ਖਿਡਾਰੀ ਨੂੰ ਖੇਡ ਦੇ ਬਣੇ ਨਿਯਮਾਂ ਬਾਰੇ ਵੀ ਕਦੇ ਕੋਈ ਇਤਰਾਜ਼ ਜਾਂ ਰੋਸ ਨਹੀਂ ਹੁੰਦਾ। ਉਹ ਸਮਝਦਾ ਹੈ ਕਿ ਖੇਡ ਦੇ ਨਿਯਮਾਂ ਅਨੁਸਾਰ ਖੇਡਣ ਵਿੱਚ ਹੀ ਪੂਰਾ ਆਨੰਦ ਹੈ। ਰੈਫਰੀ ਦੀ ਵਿਸਲ ਦਾ ਉਸ ਨੂੰ ਪੂਰਾ ਸਤਿਕਾਰ ਹੁੰਦਾ ਹੈ, ਰੋਸ ਕਰਨ ਵਾਲੇ ਨੂੰ ਪਸੰਦ ਨਹੀਂ ਕੀਤਾ ਜਾਂਦਾ। ਸੋ ਸੰਸਾਰ ਰਚਨਾ ਨੂੰ ਖੇਡ ਕਹਿਣ ਵਿੱਚ ਸਤਿਗੁਰਾਂ ਨੇ ਬਹੁਪੱਖੀ ਗਿਆਨ ਬਖਸ਼ਿਆ ਹੈ। ਪ੍ਰਭੂ ਦੇ ਹੁਕਮ ਵਿੱਚ ਵਿਚਰਦਿਆਂ ਸੰਸਾਰੀ ਝਮੇਲਿਆਂ ਤੋਂ ਨਿਰਲੇਪ ਰਹਿ ਕੇ ਬੜੇ ਚੰਗੇ ਖਿਡਾਰੀ ਵਾਂਗ ਸੰਸਾਰ ਦੇ ਸਾਰੇ ਕਾਰ ਵਿਹਾਰ ਕਰਦਿਆਂ ਪ੍ਰਭੂ ਦੇ ਪ੍ਰੇਮ ਰੰਗ ਦੀ ਮਸਤੀ ਭਰੇ ਖੇੜੇ ਵਿੱਚ ਗੁਜ਼ਰਨ ਦਾ ਉਤਸ਼ਾਹ ਬਖਸ਼ਿਸ਼ ਕਰਨ ਲਈ ਸਤਿਗੁਰ ਜੀ ਦਾ ਫੁਰਮਾਨ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ, ਪੰਨਾ 522। ਹਰ ਪਾਸੇ ਤੋਂ ਵਾਹ 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 ਹੋ ਰਹੀ ਹੋਵੇ, ਮੌਤ ਸਮੇਂ ਵਿਛੜ ਕੇ ਜਾਣ ਵਾਲੇ ਗੁਰਮੁਖ ਮਿੱਤਰ ਨੂੰ ਵਡਿਆਈ ਅਥਵਾ ਇੱਜ਼ਤ ਮਿਲਣ ਦਾ ਸਮਾਂ ਆਇਆ ਸਮਝਣ, ਮਿਤ ਪੈ ਜੇ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ, ਪੰਨਾ 923। ਸਾਰੇ ਮਿੱਤਰ ਪ੍ਰਸੰਨ ਚਿਤ ਰਹਿਣ, ਭਾਵ ਜਦੋਂ ਕੋਈ ਜੀਵ ਗੁਰਮੁਖਾਂ ਦੀ ਉੱਤਮ ਕਰਨੀ ਵਾਲਾ ਪਰਉਪਕਾਰੀ ਜੀਵਨ ਗੁਜ਼ਾਰ ਕੇ ਸੰਸਾਰ ਖੇਡ ਤੋਂ ਵਿਦਾ ਹੋਵੇ, ਪਿੱਛੇ ਰਹੇ ਜੀਵ ਬੜੇ ਮਾਣ ਭਰੇ ਅਨੁਭਵ ਨਾਲ ਆਪਣੇ ਜਾ ਰਹੇ ਮਿੱਤਰ ਨੂੰ ਵਿਦਾ ਕਰਨ, ਉਹਨਾਂ ਦੇ ਮਨਾਂ ਵਿੱਚ ਖੁਸ਼ੀ ਹੋਵੇ ਕਿ ਉਹਨਾਂ ਦਾ ਗੁਰਮੁਖ ਮਿੱਤਰ ਵਡਿਆਈਆਂ ਖੱਟ ਕੇ ਨਿੱਜ ਧਾਮ ਨੂੰ ਪਰਤਿਆ ਹੈ। ਜਾਣ ਵਾਲੇ ਗੁਰਮੁਖ ਸੱਜਣ ਨੂੰ ਉਸਦੇ ਮਿੱਤਰ ਅਸੀਸੜੀਆਂ ਦੇ ਰਹੇ ਹੋਣ, ਦੇਹੋ ਸੱਜਣ ਅਸੀਸੜੀਆਂ
ਜਿਉਂ ਹੋਵੇ ਸਾਹਿਬ ਸਿਉਂ ਮੇਲ। ਪੰਨਾ 12। ਹਰ ਪਾਸੇ ਸ਼ੁਕਰਾਨਾ ਹੈ, ਆਨੰਦ ਹੈ ਤੇ ਚਾਅ ਹੈ। ਖੇਡ ਦੇ ਮੈਦਾਨ ਵਿੱਚ ਸੋਹਣੀ ਖੇਡ ਵਿਖਾਉਣ ਵਾਲੇ ਨੂੰ ਜਿਵੇਂ ਸਾਥੀ ਖਿਡਾਰੀ ਵਿਦਾ ਕਰਦੇ ਹਨ, ਸੰਸਾਰ ਖੇਡ ਦਾ ਖਿਡਾਰੀ ਵੀ ਉਵੇਂ ਹੀ ਵਿਦਾ ਹੋਵੇ। ਇਸ ਸੱਚਾਈ ਤੋਂ ਗੁਰਮੁਖ ਸੱਜਣ ਜਾਣੂ ਹੁੰਦੇ ਹਨ ਕਿ ਰਾਮ ਨਾਮ ਬਿਨ ਕੋ ਥਿਰ ਨਾਹੀ, ਜਿਉਂ ਬਾਜੀ ਹੈ ਸੰਸਾਰਾ। ਪੰਨਾ 246। ਅਸਾਂ ਵੀ ਉੱਥੇ ਹੀ ਜਾਣਾ ਹੈ, ਸੋ ਅਸਾਂ ਵੀ ਸੱਚਾ ਵੱਖਰ ਵਿਹਾਜਣਾ ਹੈ। ਜੀਵਨੇ ਕੀ ਆਸ ਕਰੇ ਜਮ ਨਿਹਾਰੇ ਸਾਸਾ, ਬਾਜੀਗਰ ਸੰਸਾਰ ਕਬੀਰਾ ਚੇਤ ਢਾਲ ਪਾਸਾ। ਪੰਨਾ 482। ਅਰਥ, ਤੂੰ ਹੋਰ ਜਿਉਣ ਦੀਆਂ ਆਸਾਂ ਬਣਾ ਰਿਹਾ ਹੈ ਅਤੇ ਉੱਧਰ ਜਮ ਤੇਰੇ ਸਾਹ ਤੱਕ ਰਿਹਾ ਹੈ, ਭਾਵ ਤੇਰੇ ਗਿਣਤੀ ਦੇ ਸਵਾਸ ਮੁੱਕ ਰਹੇ ਹਨ। ਇਹ ਕਬੀਰ, ਜਗਤ ਨੱਟ ਦੀ ਖੇਡ ਰਹੀ ਹੈ, ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸੁੱਟ, ਪ੍ਰਭੂ ਦੀ ਯਾਦ ਦੀ ਖੇਡ ਖੇਡਣੀ ਨਾ ਭੁੱਲ। ਪੌੜੀ, ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ, ਤੁਦੇ ਆਪੇ ਖੇਲ ਲਚਾਏ ਤੁਦੇ ਆਪ ਸਵਾਰਿਆ, ਦਾਤਾ ਕਰਤਾ ਆਪ ਆਪ ਭੋਗਣ ਹਾਰਿਆ, ਸਭ ਤੇਰਾ ਸ਼ਬਦ ਵਰਤੈ ਉਹ ਪਾਵਣ ਹਾਰਿਆ, ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ। ਪੰਨਾ 642। ਸੰਸਾਰ ਦੇ ਖੇਡ ਦੇ ਹੋਰ ਪੱਖ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਆਪੇ ਫਰਕ ਕਰੇ ਵੇਖ ਵਿਕਸੇ, ਸਭ ਰਸ ਦੇਹੀ ਮਾਹਾ ਹੈ। ਪੰਨਾ 1056। ਅਜਿਹਾ ਵਚਿੱਤਰ ਖੇਲ ਹੈ ਕਿ ਸੰਸਾਰ ਵਿੱਚ ਅਰਬਾਂ ਖਰਬਾਂ ਜੀਵ ਜੰਤੂ ਹਨ, ਕਿਸੇ ਇੱਕ ਦੀ ਨੁਹਾਰ ਦੂਜੇ ਨਾਲ ਨਹੀਂ ਮਿਲਦੀ। ਕੋਈ ਦੋ ਦੇਸ਼, ਦੋ ਸਾਗਰ, ਦੋ ਪਹਾੜ, ਕੋਈ ਦੋ ਦਰਿਆ ਇੱਕੋ ਜਿਹੇ ਨਹੀਂ ਹਨ। ਰੁੱਖ ਨਾਲ ਰੁੱਖ ਨਹੀਂ ਮਿਲਦਾ, ਰੁੱਖਾਂ ਦੀ ਗੱਲ ਕਿਤੇ ਰਹੀ, ਪੱਤੇ ਨਾਲ ਪੱਤਾ ਨਹੀਂ ਮਿਲਦਾ। ਇੱਕੋ ਫੁੱਲ ਦੀਆਂ ਪੱਤੀਆਂ ਇੱਕ ਦੂਜੇ ਨਾਲ ਪੂਰਾ ਮੇਲ ਨਹੀਂ ਖਾਂਦੀਆਂ। ਸਾਰੇ ਸੰਸਾਰ ਦੀ ਰੇਤ ਦਾ ਇੱਕ ਕਿਣਕਾ ਦੂਜੇ ਕਿਣਕੇ ਨਾਲ ਮੇਲ ਨਹੀਂ ਖਾਂਦਾ। ਹੱਦ ਹੋ ਗਈ ਕਿ ਵੱਡੇ ਤੋਂ ਵੱਡਾ ਸਾਇੰਸਦਾਨ ਕੋਈ ਦੋ ਵਸਤੂਆਂ ਇੱਕੋ ਜਿਹੀਆਂ ਨਹੀਂ ਬਣਾ ਸਕਦਾ। ਸੂਖਮ ਰੂਪ ਵਿੱਚ ਕੋਈ ਨਾ ਕੋਈ ਅੰਤਰ ਜ਼ਰੂਰ ਰਹਿ ਜਾਂਦਾ ਹੈ। ਪ੍ਰਭੂ ਦੇ ਇਸ ਨਿਯਮ ਨੂੰ ਸੰਸਾਰ ਵਿੱਚ ਹਰ ਵਸਤੂ ਇਕੱਲੀ ਹੈ, ਕੋਈ ਨਹੀਂ ਤੋੜ ਸਕਦਾ। ਸੋ ਧਿਆਨ ਨਾਲ ਸੁਣੋ, ਹਰ ਵਸਤੂ ਹਰ ਜ਼ਰਾ ਕਹਿ ਰਿਹਾ ਹੈ ਕਿ ਮੈਂ ਇੱਕ ਹਾਂ, ਮੇਰਾ ਕਰਤਾ ਵੀ ਇੱਕ ਹੈ। ਕਰਤਾਰ ਦੀ ਇਸ ਸੰਸਾਰ ਖੇਡ ਦਾ ਬੜਾ ਅਦਭੁਤ ਤਮਾਸ਼ਾ ਹੈ ਕਿ ਉਸ ਵਿੱਚ ਹਰ ਜੀਵ ਹਰ ਵਸਤੂ ਇਕੱਲੀ ਹੈ। ਰੱਬ ਦੀ ਏਕਤਾ ਤੋਂ ਪੈਦਾ ਹੋਈ ਅਨੇਕਤਾ ਉਸ ਦੀ ਏਕਤਾ ਦਾ ਸਬੂਤ ਦੇ ਰਹੀ ਹੈ। ਜਗਤ ਇੱਕ ਮੰਦਰ। ਇਹ ਨਾ ਭੁੱਲੀਏ ਕਿ ਇਹ ਸਿਰਜਣਾ, ਇਹ ਜਗਤ ਨਿਰਾ ਖੇਡ ਤਮਾਸ਼ਾ ਹੀ ਨਹੀਂ, ਇਹ ਧਰਤੀ ਧਰਮ ਸਿੱਖਣ ਦੀ ਥਾਂ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ। ਇਹ ਜਗਤ ਸਿਰਜਣਹਾਰ ਹਰੀ ਦਾ ਆਪਣਾ ਮੰਦਰ ਹੈ, ਉਸ ਕਰਤਾਰ ਦਾ ਨਿਵਾਸ ਆਪਣੀ ਸਿਰਜਣਾ ਦੇ ਕਣ ਕਣ ਵਿੱਚ ਹੈ। ਪਰ ਸੱਚੇ ਗੁਰੂ ਦੀ ਸ਼ਰਨ ਤੋਂ ਵਿਛੜ ਕੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਮਨੁੱਖ ਨੇ ਕਣ ਕਣ ਵਿੱਚ ਵਸਦੇ ਪ੍ਰਭੂ ਦੀ ਪਛਾਣ ਭੁਲਾ ਦਿੱਤੀ ਅਤੇ ਆਪਣੇ ਮਿੱਥੇ ਹੋਏ ਕਿਸੇ ਆਕਾਰ ਦੀ ਪੂਜਾ ਵਿੱਚ ਲੱਗਾ ਹੋਇਆ ਹੈ। ਹਰ ਮੰਦਰ ਇਹ ਜਗਤ ਹੈ, ਗੁਰਬਿਨ ਘੋਰ ਅੰਧਾਰ, ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ। ਪੰਨਾ 1346। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਕਾਂਡ ਪਹਿਲੇ ਦਾ 5ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।